ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਲਾਨਾ ਚੋਣ ਹੈ ਉਹ ਕੀਤੀ ਜਾਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਕੁੱਲ 191 ਮੈਂਬਰ ਨੇ, ਜਿਹਦੇ ਵਿੱਚੋਂ 170 ਮੈਂਬਰ ਇਲੈਕਟਡ ਮੈਂਬਰ ਹੁੰਦੇ ਆ, 75 15 ਜਿਹੜੇ ਆ ਉਹ ਕੋਆਪਟਡ ਮੈਂਬਰ ਆ, 14 ਮੈਂਬਰ ਜਿਹੜੇ ਆ ਉਹ ਇਸ ਵੇਲੇ ਤੱਕ ਅਕਾਲ ਚਲਾਣਾ ਕਰ ਗਏ ਆ, 2 ਅਸਤੀਫਾ ਦੇ ਗਏ ਆ। ਇਸ ਵੇਲੇ 175 ਮੈਂਬਰਾਂ ਦਾ ਜਿਹੜਾ ਵਾ ਸਾਡਾ ਹਾਊਸ ਆ। ਇਹ ਹਾਊਸ ਦੀ ਜਿਹੜੀ ਮੀਟਿੰਗ ਆ ਕੱਲ੍ਹ ਬਾਅਦ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਣੀ ਆ। ਬਾਅਦ ਦੁਪਹਿਰ 1 ਵਜੇ ਅਰਦਾਸ ਉਪਰੰਤ ਹੁਕਮਨਾਮਾ ਹੋਏਗਾ। ਹੁਕਮਨਾਮੇ ਉਪਰੰਤ ਜਨਰਲ ਹਾਊਸ ਦਾ ਜਿਹੜਾ ਪ੍ਰਯੋਜਨ ਆ ਉਹ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੜ੍ਹ ਕੇ ਸੁਣਾਇਆ ਜਾਏਗਾ। ਉਪਰੰਤ ਸ਼ੋਕ ਮਤੇ ਹੋਣਗੇ ਅਤੇ ਉਸ ਤੋਂ ਬਾਅਦ ਜਿਹੜੀ ਆ ਹਾਊਸ ਦੀ ਪ੍ਰਧਾਨਗੀ ਦੀ ਚੋਣ ਲਈ, ਅਹੁਦੇਦਾਰਾਂ ਦੀ ਚੋਣ ਲਈ ਅਤੇ ਅੰਤਰ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋ ਜਾਏਗੀ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਕਰ ਲਏ ਨੇ ਅਤੇ ਇਹ ਚੋਣ ਜਿਹੜੀ ਆ ਬਿਲਕੁਲ ਨਿਰਵਿਘਨ ਸ਼ਾਂਤੀਪੂਰਵਕ ਢੰਗ ਨਾਲ ਸੰਪੂਰਨ ਹੋਵੇਗੀ। ਇਸ ਚੋਣ ਸੰਬੰਧੀ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਂ ਦੀ ਜਿਹੜੀ ਇਕੱਤਰਤਾ ਵਾ ਉਹ ਸ਼ਾਮ ਨੂੰ 5 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋ ਰਹੀ ਆ, ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਮੈਂਬਰ ਸਾਹਿਬਾਨ ਨੂੰ ਸੰਬੋਧਨ ਹੋਣਗੇ ਅਤੇ ਉਹਨਾਂ ਦੇ ਵਿਚਾਰ ਜਾਣ ਕੇ ਕੱਲ੍ਹ ਦੀ ਪ੍ਰਕਿਰਿਆ ਬਾਰੇ ਕੋਈ ਫੈਸਲਾ ਲੈਣਗੇ। ਕੱਲ੍ਹ ਮੁੱਖ ਤੌਰ 'ਤੇ ਹੋਰ ਕੌਣ ਕੌਣ ਆ ਰਿਹਾ ਜੀ? ਕੱਲ੍ਹ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਹੋ ਸਕਦੇ ਆ ਅਤੇ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਉਹੀ ਸ਼ਾਮਿਲ ਹੁੰਦੇ ਆ, ਹੋਰ ਕੋਈ ਵਿਸ਼ੇਸ਼ ਰੂਪ 'ਚ ਸ਼ਾਮਿਲ ਨਹੀਂ ਹੋ ਸਕਦਾ। ਡਾਕਟਰ ਸਾਹਿਬ ਕਿੰਨਵੇਂ ਪ੍ਰਧਾਨ ਦੀ ਜਿਹੜੀ ਅਸੀਂ ਚੋਣ? ਇਹ 44ਵੇਂ ਪ੍ਰਧਾਨ ਦੀ ਚੋਣ ਹੋਣੀ ਆ। ਵੈਸੇ ਪਰਸਨੈਲਿਟੀ ਵਾਈਜ਼ 27ਵੇਂ ਪ੍ਰਧਾਨ ਨੇ।